ਸਕੇ। ਜਿਹੜੀ ਸ਼ਾਇਦ ਜਿਸ ਤੋਂ ਜ਼ਿੰਦਾ ਨਾ ਰਹਿ ਸਕੇ ਜਿਸ ਤੋਂ ਬਗੈਰ, ਉਸਨੂੰ ਮੁਹੱਬਤ ਕਹਿੰਦੇ ਨੇ। ਠੀਕ ਹੈ ਜੀ, ਮੁਹੱਬਤ ਐਸੀ ਚੀਜ਼ ਹੈ ਜਿਹੜੀ ਕਈ ਜਗ੍ਹਾ ਤੇ ਤਕਸੀਮ ਹੋ ਜਾਂਦੀ ਹੈ। ਤੇ ਮੈਂ ਉਸਨੂੰ ਸਿਰਫ ਇੱਕ ਸਾਦਾ ਜਿਹਾ ਜੁਮਲਾ ਦੱਸਿਆ ਕਿ ਪਿਆਰੇ ਰਸੂਲullah ਕਰੀਮ ਅਲੈਹਿ ਸਲਾਮ ਫਰਮਾਇਆ ਕਿ ਜਿਹਦੇ ਨਾਲ ਮੁਹੱਬਤ ਹਦੀਸੇ ਨਬਵੀ ਬੰਦਾ ਜ਼ਿਕਰ ਉਸਦਾ ਬੇਬਹਾ ਕਰਦਾ। ਮੈਂ ਕਿਹਾ ਇੱਕ ਬੰਦੇ ਨਾਲ ਪਿਆਰ ਹੋਣਾ, ਅਗਰ ਉਹ ਕਿਸੇ ਮੋੜੇ ਚੋਂ, ਕਿਸੇ ਗ੍ਰਾਂਚ ਚੋਂ, ਕਿਸੇ ਬਸਤੀ ਚੋਂ ਗੁਜ਼ਰੇ, ਉਸਨੇ ਦਿਲ ਤੇ ਕਿਸਮ ਮਹਿਸੂਸ ਹੋਣੀ, ਇੱਕ ਦਰਦ ਜਿਹਾ ਮਹਿਸੂਸ ਹੋਣਾ ਕਿ ਇੱਥੇ ਮੇਰਾ ਇੱਕ ਦੋਸਤ ਰਹਿੰਦਾ, ਇੱਥੇ ਮੇਰਾ ਇੱਕ ਸੰਗੀ ਰਹਿੰਦਾ। ਤੇ ਜਿਸ ਸ਼ਾਹਿਨਸ਼ਾਹ ਮਹਬੂਬ ਅਲੈਹਿ ਸਲਾਮ ਨੇ ਮੁਹੱਬਤ ਅੱਲਾ ਨੇ ਸਾਰਾ ਜਹਾਨ, ਸਾਰੀਆਂ ਮਖਲੂਕਾਂ ਪੈਦਾ ਕਰ ਦਿੱਤੀਆਂ ਨੇ, ਆਇਆ ਉਹਨਾਂ ਨੇ ਮੁਹੱਬਤ ਤੋਂ ਬਗੈਰ ਅਸੀਂ ਕਿਸ ਤਰ੍ਹਾਂ ਈਮਾਨ ਵਾਲੇ ਹੋ ਸਕਦੇ ਹਾਂ? ਇਹ ਬੜਾ ਨਾਜ਼ੁਕ ਮਸਲਾ ਹੈ, ਲੇਕਿਨ ਅੱਲਾ ਕਰੇ ਅਸੀਂ ਇਸ ਮਸਲੇ ਨੂੰ ਸਮਝੀਏ। ਇੱਕ ਡਿਊਟੀ ਹੈ, ਇੱਕ ਮਜਬੂਰੀ ਹੈ, ਇੱਕ ਖੁਸ਼ੀ ਹੈ ਤੇ ਇੱਕ ਮੁਹੱਬਤ ਹੈ। ਇਹ ਵੀ ਫਰਜ਼ ਦੀ ਗੱਲ ਹੈ ਤੇ ਮੈਂ ਅਰਜ਼ ਕਰਨਾ ਸਾਂ, ਅੱਲਾ ਫਰਮਾਉਂਦਾ ਹੈ ਕਿ ਐ ਮੇਰੇ ਮਹਬੂਬ ਅਲੈਹ ਸਲਾਮ, ਅੱਜ ਜਿਹੜੀਆਂ ਗੱਲਾਂ ਕਰਨੇ ਆ, ਹੋ ਸਕਣਾ ਫਿਰ ਮੌਕਾ ਨਾ ਮਿਲਿਆ, ਬੜੀ ਤੇਜ਼ੀ ਨਾਲ ਕੰਮ ਚੱਲਣਾ ਪਿਆ। ਐ ਮੇਰੇ ਮਹਬੂਬ ਅਲੈਹ ਸਲਾਮ, ਇਹਨਾਂ ਲੋਕਾਂ ਨੂੰ ਦੱਸ ਦਿਓ, ਅਗਰ ਤੁਸੀਂ ਮੇਰੇ ਨਾਲ ਮੁਹੱਬਤ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਤਾਂ ਇਹ ਮਹਬੂਬ ਅਲੈਹ ਸਲਾਮ ਤੁਸਾਂ ਦੀ ਤਾਬੇਦਾਰੀ ਵਿੱਚ ਆ ਜਾਣ, ਤੁਸਾਂ ਨਾਲ ਮੁਹੱਬਤ ਕਰਨ ਤੇ ਫਿਰ ਮੈਨੂੰ ਇਹ ਮੁਹੱਬਤ ਕਰਨ ਵਾਲਾ ਪਾਣਗੇ। ਕਿੰਨੀ ਪਿਆਰੀ ਗੱਲ ਹੈ ਤੇ ਆਪ ਅਲੈਹ ਸਲਾਮ ਨੇ ਮੁਹੱਬਤ ਤੋਂ ਬਾਅਦ ਕੁਛ ਵੀ ਨਹੀਂ ਹੈ, ਸਭ ਕੁਛ ਆਪ ਦੀ ਮੁਹੱਬਤ ਹੈ। ਔਰ ਮੈਂ ਉਸ ਬੰਦੇ ਆਖਰੇ ਕੁਰਾਨ ਸੀ ਜਿਹੜਾ ਬੰਦਾ ਮੈਂ ਜਿਸ ਨਾਲ ਗੱਪ ਲਾ ਰਿਹਾ ਸਾਂ, ਮੈਂ ਕਿਹਾ ਜਨਾਬ ਮੈਂ ਕੁਰਾਨ ਦੀ ਆਇਤ ਪੜ੍ਹਨਾ, ਤੁਸੀਂ ਤਰਜਮਾ ਕਰੋ। ਐਨੇ ਜੀ ਮੈਨੂੰ ਤਰਜਮਾ ਨਹੀਂ ਆਉਣਾ, ਇਹ ਮਾਵਾਂ ਗਵਾਹ ਬੈਠੇ। ਮੈਂ ਕਿਹਾ ਮੈਂ ਤੇ ਕੁਝ ਵੀ ਨਹੀਂ ਇਧਰ, ਖਾਲੀ ਮਾਲੀ ਹਾਂ, ਮੈਂ ਕੁਛ ਮਦਰਸੇ ਨਾਲ ਨਾ ਪੜ੍ਹਿਆ। ਮੈਂ ਉਸਨੂੰ ਆਇਤ ਪੜ੍ਹ ਕੇ ਤਰਜਮਾ ਦੱਸਿਆ, ਬਿਸਮਿਲਲਾਹਿ ਰਹਿਮਾਨ ਰਹੀਮ, ਅਨਬੀ ਉਲਾ ਬਿਲ ਮੁਮਿਨੀਨ ਮਿਨ ਅਨਫੁਸਿਹਿਮ, ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੀ ਜ਼ਾਤ ਜੋ ਹੈ ਵੋ ਮੋਮਨੋ ਕੀ ਜਾਨ ਸੇ ਜ਼ਿਆਦਾ ਕਰੀਬ ਹੈ। ਯੇ ਕੁਰਾਨ ਕੀ ਆਇਤ ਹੈ। ਤੇ ਮੈਂ ਕਿਹਾ ਮੰਨਣਾ ਜਾਂ ਨਾ ਮੰਨਣਾ, ਕੋਈ ਜ਼ੋਰੀ ਕੁਸਾ ਕੀ ਨਹੀਂ ਮਨਾ ਸਕਣਾ ਕਦੇ ਵੀ। ਅਸਾਂ ਬਹੁਤ ਕਈ ਦਫਾ ਇਹ ਚੀਜ਼ਾਂ ਗੁਜ਼ਾਰੀਆਂ ਨੇ ਤੇ ਅੱਲਾ ਕਰੇ ਅਸਾਂ ਇਸ ਗੱਲ ਸਮਝਾਂ। ਮੈਂ ਜ਼ਿਆਦਾ ਤਵੀਲ ਨਾ ਕਰਨਾ ਇਸ ਕਮੇ ਕੀ, ਇਹ ਮਹਿਫਲਾਂ ਪਠਵਾਰੀ, ਇਹ ਅਦਬ ਦੀਆਂ ਮਹਿਫਲਾਂ, ਇਹ ਐਸੀਆਂ ਮਹਿਫਲਾਂ ਬੱਚਿਆਂ ਵੀ ਬਹਿ ਕੇ ਤੁਸੀਂ ਸੁਣ ਸਕਣੇ ਹੋ। ਇਸ ਨੇ ਕੋਈ ਲਗਵ ਨਹੀਂ, ਕੋਈ ਬੇਹਜਾਈ ਨਹੀਂ, ਅਲਹਮਦੁਲਿਲਾ, ਬਲਕਿ ਸਾਦਤ ਹੈ। ਜੇ ਕਦੇ ਤਸ਼ਰੀ ਕਰਾਂ, ਇਹ ਘੜੇ ਸਤਾਰਾਂ, ਇਹ ਜੋ ਕੁਛ ਬਜਣਾ ਪਿਆ ਨਾਲ, ਇਹਨਾਂ ਦੀ ਆਪਣੀ ਕੋਈ ਹੈਸੀਅਤ ਨਹੀਂ। ਅੱਜ ਕੱਲ੍ਹ ਦੌਰ ਹੈ ਨਵੀਆਂ ਨਵੀਆਂ ਕਾਰਾਂ ਨਾ, ਤੇ ਜੇ ਕੋਈ 25 ਲੱਖ ਦੀ ਕਾਰ ਚਾਹੀਦੀ ਨੇ ਤੇ ਇੱਕ ਟਾਇਰ ਵਿੱਚੋਂ ਲਾਈ ਛੜੇ ਨਾ, ਉਹ ਤਾਂ ਨਹੀਂ ਚੱਲਣੀ, ਉਹ ਚੌਥਾ ਟਾਇਰ ਲੱਗਸੀ ਤੇ ਚੱਲਸੀ, ਇਹ ਵੀ ਟਾਇਰ ਸਮਝੋ ਤੁਸੀਂ। ਇਹਨਾਂ ਦੀ ਆਪਣੀ ਕੋਈ ਜਾਨ ਨਹੀਂ ਹੈ ਤੇ ਸਿਰਫ 2-3 ਬੋਲ ਮੈਂ ਰਸੂਲullah ਕਰੀਮ ਅਲੈਹਿ ਸਲਾਤੁ ਵਸਲਾਮ ਨੇ ਬਾਰਗਾਹ 'ਚ ਪੇਸ਼ ਕਰਸਾਂ, ਕਿਉਂਕਿ ਅੱਗੇ ਚੌਧਰੀ ਹੋਰ ਵੀ ਕੁਝ ਕਹਿਣਾ ਬਾਈ ਗਏ, ਕੋਈ ਥੋੜ੍ਹਾ ਮਾਹੌਲ ਚੇਂਜ ਕਰੋ। ਤੇ ਮੈਂ ਬਹੁਤ ਸਾਰੀਆਂ ਗੱਲਾਂ ਵੀ ਸੁਣਨਾ ਹੋਣਾ ਕਈ ਦਫ਼ਾ, ਬਈ ਤੂੰ ਬੜੇ ਮਸਲੇ ਕਰਨੇ, ਤੂੰ ਦਾੜੀ ਨਹੀਂ ਰੱਖੀ, ਤੂੰ ਫਲਾਣ ਨਹੀਂ ਕੀਤਾ, ਤੂੰ ਵੀ ਬਣਾਈ ਛੱਡੀ। ਤੇ ਅੱਲਾਹ ਮੈਂ ਸ਼ਕੈਤ ਸਾਂ, ਬਹਰਹਾਲ ਚਲੋ, ਗੱਲ ਇਹ ਹੈ ਕਿ ਦਾੜੀ ਰੱਖਣਾ ਰਸੂਲullah ਕਰੀਮ ਅਲੈਹਿ ਸਲਾਮ ਦੀ ਬਹੁਤ ਪਿਆਰੀ ਸੁਨਤ ਹੈ, ਇਸ ਨੂੰ ਅਪਣਾਉਣਾ ਚਾਹੀਦਾ, ਇਨਕਾਰ ਨਹੀਂ ਕਰਨਾ ਚਾਹੀਦਾ, ਲੇਕਿਨ ਚਿੱਟੇ ਕੱਪੜੇ ਦਾਗ ਕੋ ਜਲਦੀ ਲੱਗਦਾ, ਇਹ ਵੀ ਇਤਿਆਦ ਕਰਨੀ ਪੈਂਦੀ ਹੈ। ਅੱਲਾਹ ਕਰੇ ਸਮਝਾ। ਤੇ ਮੈਂ ਸਿਰਫ 2-3 ਬੋਲ ਸੁਣਾਸਾਂ ਦੋਸਤਾਂ ਦੀ ਖਿਦਮਤ ਵਿੱਚ, ਇੱਕ ਸ਼ੇਰ ਸੁਣਾਸਾਂ ਬਾਬਾ ਖਾਜਾ ਗੁਲਾਮ ਫਰੀਦ ਰਹਿਮਤੁਲਾ ਅਲੈਹ ਦਾ, ਤੇ ਫਿਰ ਜਿਸ ਤਰ੍ਹਾਂ ਭਰਾ ਨਹੀਂ ਚਾਹਦੋ ਸੀ। ਸਪੈਸ਼ਲ ਸ਼ੁਕਰੀਆ ਅਦਾ ਕਰਨਾ ਵਾ ਕਿ ਤੁਸਾਂ ਮਾੜੇ ਕੀ ਬਰਦਾਸ਼ਤ ਕਰੀ, ਕਿਦਾਂ ਭੈਡੀ ਦੇ ਕਿਦਾਂ ਮਾੜਿਆ। ਇਸਨੇ ਮੈਂ ਜ਼ਿਕਰ ਕਰਨਾ ਵਾ ਗੁਲਾਮੀਆਂ
شریف تو صدقے جاوا او جتھے سونے Thank you.
موجود رہو تے عقیدت نے پھل اللہ کرے ساڈی زبان چ نکلے رب قبول کرے تساں نے سننا بھی اللہ قبول فرمائے اے کوئی چھوٹی بات نہیں ہے اللہ اور اللہ نے رسول صلی اللہ علیہ وآلہ وسلم کا ذکر کرنا اور بڑے مستند عالم صوفی فقیر مفسر جیڑی بھی انہاں کی جیڑا بھی درجہ دیتا جائے وہ کم نہیں ہے علامہ سیوطی رحمۃ اللہ علیہ لکھتے ہیں جتھے اللہ اور اللہ کے رسول علیہ السلام کا ذکر ہونا اتھے فرشتے اپنے پر بچھا کے نے رحمت نے پر نسایا کر دینے تے اللہ کرے اسائنا چیزیں سمجھا صرف مختصرا لما جوڑا کام نہیں حاضری نے دور کیونکہ اسانی بزم نہیں حلاوت نہیں پوری ہونی اگر یہ گل نہ کی جائے مختصرا حضور عرفے کھڑی رحمت اللہ علیہ نے صرف مختصر جے مان تے اس تو بعد پھر دوستاں نال ملیاں جلیاں گلاں کرساں اے جنہاں گلاں نال زلزلے زیادہ اس نے ٹھیک ہے نا سائنس آخری ہے زمین نے تھلا پلیٹ لیا اللہ نے قرآن آخنا کہ میں نے زمین میں پہاڑوں کی میخوں کی طرح ٹھونکا ہوا ہے تاکہ یہ ہل نہ سکے ٹھیک ہے جی جب میرا رب جس نے چاہنا پوری دنیا ہی وقت ہے بھائی چاہنا اس نے اگر کسی نے کیا جرت ہے اللہ آنا میری تعریف لکھن والا کو بندہ بہ جائے ایک بندہ نہیں پوری مخلوق بہ جائے ایک سمندر سے آئی نام ہے یہ پرسوں میں ایک بندے نال بہ کے ڈسکس کرنا رہا میں کہا دس بھی اتنے ڈرام سے آئی ہوئے تو بندہ کہہ نہ کہہ لکھی چڑھا ہے اللہ آخنا ایک پورا سمندر سے آئی نام ہے سارے جہان نے درخت نیا کلمہ بان جان کاتب لکھ لکھ کے کلمہ کسا دین اس ایک سمندر پہ چاہے سات سمندر ہو رہا تو پھر بھی اللہ نے تاریخ نہیں ختم ہوئی سکنی اتنا بڑا شہنشاہ اس نے کہا سی کیا کچھ بھی نہیں سب تو بہترین قرضہ اللہ نے بنایا ہے اے انسان سب تو اچھا مخلوق 18,000 کیا جو ہوں سب تو بڑا شرف انسان کو دیتا گیا لیکن انسان نے اندر جڑا ایک جنانا جس کی نفس سے ہمارا آخنے ہیں بہت گاڑی چیز ہے اللہ تو بعد ہے بہت گاڑی سمجھ گئے ہو اس کی پتہ نہیں کتنا عرصہ پانی ہے جو رکھیا گیا کتنے سو سال آگے جو رکھیا گیا اس کو جس نے پوچھیا گیا اس آگیا آنا آنا آنتا آنتا میں تو تو ہے سدھی تاند نے اس بھائی اجائے تاک بھی رمضان شریف حسنانا حدیث پاک نے مفہوم نے مطابق اللہ نے رسول علیہ السلام فرمایا اس کی بتا دے بت جڑا جا اے جکڑیا جا لیکن میں بھی تسا نال ہاں پتا جو کچھ ہونا پتا بندے کی گل ہی نہیں سہنا وہ یہ ہونا کہ چارجنگ سوئچ کیتی ہونی سر وہ آپ بلو بلنے رہے چارجنگ کی وجہ تو کہ میاں صاحب سرکار نام اے کلام جڑایا قربان جاواں سرکار تو کہتے ہیں بے شرمی دے حلوے نالوں بے شرمی دے حلوے نالوں
छोटे भाई जरा बंद पड़िया है, इसने थोड़ी जी गल कहां दरसा कि सजना को लोग चंगी मंदी हो जाए, इसकी आखिर अचानक मामला होना, ये तो हो गई गल और जे बंदा तलान बनाई तो कुछ करे तो यह कि गल है, एक धोखा हो गया ना, धोखा चंगा नहीं होना यारी में। अलग है ऐसा यारी की यारी समझी है ते ये साहब सरकार की गल है। हाय हाय फकीर ने गल सी दुनिया उत्ते रंग फकीर ऐसा बैंड खलौन बंदे की गुस्सा भी उसे जिस नाल ज्यादा प्यार होया मुहब्बत होया अफसोस तो सजना जरूर लगना हथे पाले हुए सितम कमान जिसने दुनिया उत्ते रख फकीर ऐसा बैंड खलौन कोल हो लोकी असन टुर जावे तैरो शेर भाई साहब पेश किया एक शेर मियां साहब नाओ किस तरह ओ लगदी नालू टुटी दी चंगी लगदी नालू टुटी दी चंगी वे कदरां दी यारी चंगा होया लड़ी मेरी ओ छुट्टिया वरनी गुजरी सारी चंगा होया लड़ी मेरी ओ छुट्टिया वरनी गुजरी सारी Yeah.
रब मिला।